ਤੁਸੀਂ ਦੇਖ ਰਹੇ ਹੋ ਚੱਕਤ ਟੀਵੀ ਮੈਂ ਹਾਂ ਕਮਲਦੀਪ ਕੌਰ ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਅਮਰਿਤਪਾਲ ਨੂੰ ਧਮਕੀ ਮਿਲੀ ਹੈ ਜਿੱਥੇ ਇੱਕ ਬਦਨਾਮ ਗੈਂਗਸਟਰ ਨੇ ਜੇਲ੍ਹ ਤੋਂ ਚਿੱਠੀ ਲਿਖੀ ਗੈਂਗਸਟਰ ਨੇ ਆਪਣੇ ਪੱਤਰ 'ਚ ਅਮਰਿਤਪਾਲ ਨੂੰ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ ਦੀ ਚੇਤਾਵਨੀ ਦਿੱਤੀ ਇਹ ਪੱਤਰ ਸੁਰੱਖਿਆ ਏਜੰਸੀ ਦੇ ਹੱਥ ਹੈ ਇਸ ਨਾਲ ਸਵਾਲ ਉੱਠਿਆ ਹੈ ਕਿ ਅਮਰਿਤਪਾਲ ਪੰਜਾਬ ਦੇ ਕੁਝ ਗੈਂਗਸਟਰਾਂ ਦੇ ਨਿਸ਼ਾਨੇਤੇ ਹੈ ਜੈਪਾਲ ਗੈਂਗ ਦੇ ਬਦਨਾਮ ਗੈਂਸਟਰ ਰਾਜੀਵ ਔਰ ਫਰਾਜਾ ਨੇ ਬਠਿੰਡਾ ਜੇਲ੍ਹ ਤੋਂ ਵਾਰਿਸ ਪੰਜਾਬ ਦੇ ਅਮਰਿਤਪਾਲ ਨੂੰ ਚਿੱਠੀ ਲਿਖ ਕੇ ਚੇਤਾਵਨੀ ਦਿੱਤੀ ਇੱਕ ਪਾਸੇ ਤੁਸੀਂ ਇਕੱਠੇ ਹੋ ਰਹੇ ਹੋ ਉਸਨੇ ਲਿਖਿਆ ਚਿੱਠੀ ਦੇ ਵਿੱਚ ਕਿ ਇੱਕ ਪਾਸੇ ਤੁਸੀਂ ਇਕੱਠੇ ਹੋ ਰਹੇ ਹੋ ਤੇ ਦੂਜੇ ਪਾਸੇ ਖਾਲਿਸਤਾਨ ਦਾ ਸਮਰਥਨ ਕਰ ਰਹੇ ਹੋ ਤੇ ਨੌਜਵਾਨਾਂ ਨੂੰ ਸੰਦੇਸ਼ ਦੇ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਹਥਿਆਰ ਰੱਖਣ ਲਈ ਕਿ ਤੁਸੀਂ ਇੱਕ ਵਾਰ ਫਿਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚ ਰਹੇ ਹੋ ਦਰਸਲ ਗੈਂਗਸਟਰ राजीव ਕੁਮਾਰ ਉਰਫ ਰਾਜਾ ਨੇ ਆਪਣੇ ਪੱਤਰ ਚ ਅਮਰਿਤਪਾਲ ਨੂੰ ਦੱਸਿਆ ਕਿ ਮੇਰੀ ਉਮਰ 38 ਸਾਲ ਹੈ ਤੇ ਪਿਛਲੇ 17 ਸਾਲ ਤੋਂ ਜੇਲ੍ਹ ਚ ਬੰਦਾ ਪਿਛਲੇ 4-5 ਮਹੀਨਿਆਂ ਤੋਂ ਮੈਂ ਟੀਵੀ ਤੇ ਸੋਸ਼ਲ ਮੀਡੀਆ ਤੇ ਤੁਹਾਡਾ ਬਹੁਤ ਸਾਰਾ ਪ੍ਰਚਾਰ ਦੇਖ ਰਿਆਂ ਜਿਸ ਤੇ ਤੁਹਾਡੇ ਭਾਸ਼ਣ ਕੀ ਸਾਬਤ ਕਰਨਾ ਚਾਹੁੰਦੇ ਨੇ ਗੈਂਗਸਟਰ ਨੇ ਚੇਤਾਵਨੀ ਦਿੱਤੀ ਹੈ ਕਿ ਅਮਰਿਤਪਾਲ ਅਜਿਹੇ ਭੜਕਾਉ ਉਪਾਸ਼ਣ ਨਾ ਦੇਵੇ ਜਿਸ ਨਾਲ ਪੰਜਾਬ ਦਾ ਮੂੜ ਮਾਹੌਲ ਵਿਗੜ ਜਾਵੇ ਕਿਉਂਕਿ 80 ਤੇ 90 ਦੇ ਦਹਾਕੇ ਚ ਪੰਜਾਬ ਚ ਜਿਸ ਤਰ੍ਹਾਂ ਕਾਲੇ ਦੌਰ ਆਏ ਜਿਸ ਤਰ੍ਹਾਂ ਪਰਿਵਾਰਾਂ ਦੇ ਪੁੱਤ ਮਰੇ ਉਹਨਾਂ ਨੂੰ ਜਾ ਕੇ ਪੁੱਛੇ ਪੁੱਛੋ ਕਿ ਉਹਨਾਂ ਨੇ ਕਿਹੋ ਜਿਹੇ ਹਾਲਾਤ ਦੇਖੇ ਨੇ ਤਿੰਨਾ ਸਫਿਆਂ ਦੀ ਚਿੱਠੀ ਚ ਗੈਂਗਸਟਰ ਨੇ ਲਿਖਿਆ ਕਿ ਅਮਰਤਪਾਲ ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ ਇੱਕ ਵਾਰ ਤੁਸੀਂ ਕੁਝ ਸਾਲ ਜੇਲ੍ਹ ਚ ਰਹੇ ਰਹੋ ਤਾਂ ਤੁਹਾਨੂੰ ਪਤਾ ਲੱਗ ਜਾਵੇ ਕਿ ਇੱਥੇ ਜ਼ਿੰਦਗੀ ਕਿਹੋ ਜਿਹੀ ਹੈ ਤਾਂ ਦੱਸਦੀ ਹੈ ਕਿ ਗੈਂਗਸਟਰ ਨੇ ਪੱਤਰ ਚ ਪੰਜਾਬ ਦੀਆਂ ਜੇਲਾ ਦੀ ਹਾਲਤ ਬਾਰੇ ਵੀ ਖੁਲਾਸਾ ਕੀਤਾ ਹੈ ਸੁਰੱਖਿਆ ਏਜੰਸੀ ਇਸ ਚਿੱਠੀ ਨੂੰ ਇਸ ਤਰ੍ਹਾਂ ਵੀ ਦੇਖ ਰਹੀ ਹੈ ਨਹੀਂ ਕਿ ਪੰਜਾਬ ਚ ਖਾਲਸਤਾਨੀ ਸਮਰਥਕ ਤੇ ਖਾਲਸਤਾਨੀ ਵਿਰੋਧੀ ਥੜੇ ਵੰਡੇ ਗ ਜਾ ਰਹੇ ਨੇ ਤੇ ਅਮਰਿਤਪਾਲ ਸਿੱਖ ਸਿੰਘ ਕੁਝ ਗੈਂਗਸਟਰਾਂ ਦੇ ਨਿਸ਼ਾਨੇ ਤੇ ਹੈ ਅਮਰਿਤਪਾਲ ਸਿੰਘ ਦੀ ਉਮਰ 29 ਸਾਲ ਹੈ ਤੇ ਉਸਨੇ ਹਾਲ ਹੀ ਚ ਇਸ ਸੰਸਥਾ ਦੀ ਵਾਕਡੋਰ ਸੰਭੀ ਹੈ ਤੇ ਹੁਣ ਅਮਰਿਤਪਾਲ ਨੂੰ ਵੀ ਧਮਕੀਆਂ ਮਿਲਣ ਲੱਗ ਪਈਆਂ ਨੇ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਨੇ ਰਹੋ ਚੱਕ ਦੇ ਰਵੀ ਦੇ ਨਾਲ